ਮਾਮਲੇ ਦਾ ਤਾਂ ਸਾਰੇ ਸੰਗਤ ਨੂੰ ਪਤਾ ਹੀ ਹੈ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡਾ ਪਤਾ ਕਰਨ ਆਏ ਜੇ, ਅਤੇ ਆਹ ਪ੍ਰਸ਼ਾਸਨ ਖਲੋਤਾ ਵੇਖ ਲਓ ਤੁਸੀਂ। ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ। ਜਦੋਂ ਕਿਸਾਨ ਦਿੱਲੀ ਆਪਦੀਆਂ ਮੰਗਾਂ ਮੰਨਣ ਵਾਸਤੇ ਚੱਲੇ ਸੀ, ਆਪਦੀਆਂ ਮੰਗਾਂ ਦਾ ਚੇਤਾ ਕਰਾਉਣ ਵਾਸਤੇ ਚੱਲੇ ਸੀ, ਇਸੇ BJP ਸਰਕਾਰ ਨੇ ਹਰਿਆਣੇ ਦੇ ਬਾਰਡਰਾਂ 'ਤੇ ਵੱਡੀਆਂ ਵੱਡੀਆਂ ਕੰਧਾਂ ਕਰਕੇ ਅਥਰੂ ਗਏ ਅਤੇ ਗੋਲੇ ਛੱਡੇ ਅਤੇ ਸਿੰਘ ਨੂੰ ਸ਼ਹੀਦ ਵੀ ਕੀਤਾ। ਸਾਡੇ 'ਤੇ ਵੀ ਬੰਬ ਚੱਲੇ ਸੀ। ਉਸ ਦਿਨ ਤੋਂ ਹੀ ਫੈਸਲਾ ਕਰ ਲਿਆ ਸੀ ਸਾਰਿਆਂ ਨੇ ਵੀ ਆਪਾਂ ਇਹ ਜੇ ਦਿੱਲੀ ਨਹੀਂ ਜਾਣ ਦਿੰਦੇ ਤਾਂ ਆਪਾਂ ਇੱਥੇ ਬੈਠ ਕੇ ਪੰਜਾਬ 'ਚ ਬੈਠ ਕੇ ਜਾਂ ਬਾਰਡਰਾਂ 'ਤੇ ਬੈਠ ਕੇ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ। ਇਲੈਕਸ਼ਨ ਆਏ, ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਵਿਰੋਧ ਕਰਾਂਗੇ ਅਤੇ ਇਹਨਾਂ ਤੋਂ ਸਵਾਲ ਜਵਾਬ ਪੁੱਛਾਂਗੇ ਕੀ ਗੱਲ ਵੀ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ। ਜਿਹੜੇ ਕਿਸਾਨ ਦਾ ਇਹ ਰੋਜ਼ ਅਨਾਜ ਖਾਂਦੇ ਆ, ਫਰੂਟ ਖਾਂਦੇ ਆ, ਦੁੱਧ ਪੀਂਦੇ ਆ, ਸਾਰੀ ਜਨਤਾ ਅਨਾਜ ਖਾ ਕੇ ਸੌਂਦੀ, ਉਹ ਕਿਸਾਨ ਪੈਦਾ ਕਰਦਾ ਹੈ, ਅਤੇ ਉਸੇ ਕਿਸਾਨ ਨੂੰ ਦਿੱਲੀ ਦੇ ਵਿੱਚ ਕਿਉਂ ਨਹੀਂ ਜਾਣ ਦਿੱਤਾ? ਉਸੇ ਕਿਸਾਨ 'ਤੇ ਗੋਲੀਆਂ ਕਿਉਂ ਚਲਾਈਆਂ? ਅਥਰੂ ਗੈਸ ਦੇ ਗੋਲੇ ਕਿਉਂ ਚਲਾਏ? ਅਸੀਂ ਇਹਨਾਂ ਸਵਾਲਾਂ ਦਾ ਜਵਾਬ ਲੈਣ ਵਾਸਤੇ ਇੱਥੇ ਅੱਜ ਆਏ ਹਾਂ। ਇੱਥੇ ਪਤਾ ਲੱਗਾ ਸੀ ਕਿ ਮੈਡਮ ਜਿਹੜੀ ਆ ਪਰਮਪਾਲ ਕੌਰ ਨੇ ਇੱਥੇ ਉਦਘਾਟਨ ਕਰਨਾ ਅੱਜ ਦਫ਼ਤਰ ਦਾ, ਅਤੇ ਅਸੀਂ ਉਹਨਾਂ ਸਵਾਲ ਜਵਾਬ ਕਰਨੇ ਆ ਵੀ ਸਾਡੇ ਸਵਾਲਾਂ ਦਾ ਜਵਾਬ ਦਿਓ। ਤੁਸੀਂ ਅੱਜ ਇਹਨਾਂ ਲੋਕਾਂ ਤੋਂ ਵੋਟਾਂ ਮੰਗਣ ਆਏ ਜੀ, ਇਹ ਉਹੀ ਲੋਕ ਨੇ ਜਿਨ੍ਹਾਂ ਦੇ ਤੁਸੀਂ ਗੋਲੀਆਂ ਚਲਾਈਆਂ ਸੀ, ਇਹ ਲੋਕ ਹੋਰ ਨਹੀਂ ਗਏ। ਆਹ ਵੇਖੋ ਜੀ ਕਿੱਡਾ ਵੱਡਾ ਪ੍ਰਸ਼ਾਸਨ ਨੇ ਇੱਥੇ ਬੈਰੀਕੇਡਿੰਗ ਕੀਤੀ ਹੈ, ਸਾਨੂੰ ਅੱਗੇ ਨਹੀਂ ਜਾਣ ਦਿੰਦੇ, ਸਾਨੂੰ ਗੁਰੂ ਘਰ ਨਹੀਂ ਜਾਣ ਦਿੰਦੇ। ਆਹ ਗੁਰੂ ਘਰ ਦੇ ਵਿੱਚ ਪਾਠ ਹੋਏ ਨੇ, ਸੁਖਮਣੀ ਸਾਹਿਬ ਦੇ ਪਾਠ ਹੋਏ, ਸਾਰੇ ਪਾਠ ਹੋਏ। ਅਸੀਂ ਬੇਨਤੀ ਕਰਦੇ ਰਹੇ ਵਾਰ ਵਾਰ ਵੀ ਸਾਨੂੰ ਗੁਰੂ ਘਰ ਮੱਥਾ ਟੇਕ ਲੈਣ ਦਿਓ, ਪਰ ਇਸ ਪ੍ਰਸ਼ਾਸਨ ਨੇ ਸਾਨੂੰ ਗੁਰੂ ਘਰ ਨਹੀਂ ਜਾਣ ਦਿੱਤਾ। ਇਹ ਆਹ ਵੇਖੋ ਕਿੱਡੀ ਵੱਡੀ ਬੈਰੀਕੇਡ ਕਰਕੇ ਖੋਤੇ ਆ, ਔਰ ਇਹ ਬਿਲਕੁਲ ਕਿਸਾਨ ਬਿਲਕੁਲ ਵੇਖ ਲਓ ਨੇ ਹੱਥੇ ਕਿਸਾਨ ਨੇ, ਕਿਸੇ ਕੋਲ ਕੋਈ ਡੰਡਾ ਨਹੀਂ, ਸੋਟੀ ਨਹੀਂ, ਇਕੱਲੇ ਝੰਡੇ ਸਾਡੇ ਕੋਲ ਨੇ, ਪਰ ਫਿਰ ਵੀ ਨਹੀਂ ਸਾਨੂੰ ਜਾਣਦੇ ਅਤੇ ਸਾਨੂੰ ਕੋਈ ਸਵਾਲ ਜਵਾਬ ਨਹੀਂ ਕਰਨ ਦਿੰਦੇ। ਵਾਰ ਵਾਰ ਬੇਨਤੀਆਂ ਕਰ ਰਹੇ ਹਾਂ ਵੀ ਸਾਡੇ ਅਗਲਾ 5 ਮਿੰਟ ਦਾ ਟਾਈਮ ਕੱਢ ਕੇ ਸਾਡੇ ਨਾਲ ਗੱਲਬਾਤ ਜ਼ਰੂਰ ਕਰਾਓ। ਇੱਥੋਂ ਦੇ ਪ੍ਰਧਾਨ ਅਸੀਂ ਜਾਗੀ, ਸਾਡਾ ਬਹੁਤ ਦਿਲ ਵਧਿਆ ਜਦੋਂ ਅਸੀਂ ਲੰਬੀ ਹਲਕੇ 'ਚ ਵੜੇ ਹਾਂ। ਮੇਰੇ ਵੀਰਾਂ ਨੇ ਮੇਰਾ ਮੋਟਰਸਾਈਕਲਾਂ 'ਤੇ ਸਵਾਗਤ ਕੀਤਾ, ਫੁੱਲਾਂ ਦੀ ਵਰਖਾ ਕੀਤੀ। ਇੱਥੇ ਬੀਬੀ ਜੀ ਬੈਠੇ ਆ, ਮੈਨੂੰ ਦੂਜੀ ਵਾਰੀ ਮਿਲੇ ਹੈ, ਉਹਦੇ ਵੀ ਇਹਨਾਂ ਨੇ 862 ਵੋਟਾਂ ਦੀ ਫਿਕਰ ਦਿੱਤੀ ਸੀ ਕਿ ਮੈਂ ਆਪਦੇ ਪਿੰਡ 'ਚੋਂ 862 ਵੋਟਾਂ ਵਧਾਊਂਗੀ। ਅੱਜ ਵੀ 862 ਵੋਟਾਂ ਕਹਿ ਰਹੇ ਹੈ ਮੋਦੀ ਜੀ ਵਾਂਗੂ, ਇਹਨਾਂ ਦੀ ਵੀ ਗਰੰਟੀ ਮੈਨੂੰ ਪੱਕੀ ਲੱਗਦੀ ਹੈ। ਇਕੱਲੇ ਇਹੀ ਨਹੀਂ, ਹੋਰ ਬੀਬੀਆਂ ਮੈਨੂੰ ਮਿਲੀਆਂ ਸੀ ਪਿਛਲੀ ਵਾਰੀ ਜਦੋਂ ਮਾਈ ਸੀ, ਸਾਰੀਆਂ ਨੇ ਮੈਨੂੰ ਬਹੁਤ ਵਿਸ਼ਵਾਸ ਦਵਾਇਆ ਸੀ। ਤੇ ਬੀਬੀ ਜੀ ਦੀ ਮੈਨੂੰ ਇੱਕ ਗੱਲ ਯਾਦ ਹੈ, ਇਹਨਾਂ ਨੇ ਕਿਹਾ ਸੀ ਕਿ ਮੋਦੀ ਜੀ ਜਿਹੜਾ ਪੈਸਾ ਪ੍ਰੈਗਨੈਂਟ ਲੇਡੀਜ਼ ਵਾਸਤੇ ਭੇਜਦੇ ਹਨ, ਜਿਹੜੀਆਂ ਮਾਂ ਮੰਨਣ ਵਾਲੀਆਂ ਲੇਡੀਜ਼ ਹੁੰਦੀਆਂ, ਉਹਨਾਂ ਨੂੰ ਪੈਸੇ ਆਉਂਦੇ ਆ ਡਾਇਟ ਵਾਸਤੇ, ਤੇ ਕਹਿੰਦੇ ਉਹ ਪੈਸੇ ਵੀ ਭਗਵੰਤ ਮਾਨ ਜੀ ਨੇ ਆਪਦੇ ਖਾਤੇ 'ਚ ਗਵਾ ਲਏ। ਸੋ ਇਹ ਕਹਿੰਦੇ ਕਿ ਸਾਡੇ ਤੱਕ ਕਿਸੇ ਵੀ ਸਕੀਮ ਦਾ ਫਾਇਦਾ ਠੀਕ ਤਰ੍ਹਾਂ ਨਹੀਂ ਪਹੁੰਚ ਰਿਹਾ। ਦੇਖੋ ਵੀਰੋ, ਆਪਾਂ ਆਪਣੇ 'ਚੋਂ ਕੋਈ ਵੀ ਬਹੁਤਾ ਅਮੀਰ ਨਹੀਂ ਹੈਗਾ, ਸਾਰੇ ਆਪਾਂ ਗਰੀਬ ਮਿਡਲ ਕਲਾਸ ਪਰਿਵਾਰਾਂ ਤੋਂ ਆ। ਇਹੋ ਜਿਹੇ ਪਰਿਵਾਰਾਂ ਵਾਸਤੇ ਮੋਦੀ ਜੀ ਨੇ ਬਹੁਤ ਸਕੀਮਾਂ ਚਲਾਈਆਂ, ਪਰ ਅਫਸੋਸ ਆਪਾਂ ਕਦੇ ਮੋਦੀ ਜੀ ਦਾ ਸਾਥ ਨਹੀਂ ਦਿੱਤਾ। ਇਸੇ ਕਰਕੇ ਕੀ ਹੋ ਰਿਹਾ, ਮੈਨੂੰ ਗੁਜਰਾਤ ਤੋਂ ਵੀਰ ਮਿਲੇ ਸੀ, ਉਹ ਕਹਿੰਦੇ ਕਿ ਜੀ ਜੇ ਮੋਦੀ ਜੀ ਆਯੁਸ਼ਮਾਨ ਭਾਰਤ ਦੇ ਤਹਿਤ 5 ਲੱਖ ਰੁਪਇਆ ਦਿੰਦੇ ਹੈ ਤਾਂ ਗੁਜਰਾਤ ਦੀ ਸਰਕਾਰ, ਕਿਉਂਕਿ ਉਹ BJP ਦੀ ਸਰਕਾਰ ਹੈ, 5 ਲੱਖ ਉਹ ਆਪਦੇ ਕੋਲੋਂ ਪਾਉਂਦੀ ਹੈ, 10 ਲੱਖ ਕਰਕੇ ਗਰੀਬਾਂ ਨੂੰ ਦਿੰਦੇ ਹੈ। ਜੇ ਘਰਾਂ ਦਾ ਪੈਸਾ ਆਉਂਦਾ ਹੈ, ਉਨਾ ਹੀ ਪੈਸਾ ਉੱਥੋਂ ਦੀ ਸੂਬਾ ਸਰਕਾਰ ਆਪਦੇ ਕੋਲੋਂ ਪਾਉਂਦੀ ਹੈ, ਘਰਾਂ ਦਾ ਪੈਸਾ ਦੁੱਗਣਾ ਕਰਕੇ ਮਿਲਦਾ ਹੈ। ਪੈਨਸ਼ਨ ਜਿੰਨੀ ਉੱਤੋਂ ਆਉਣੀ ਹੈ, ਉਨੀ ਸੂਬਾ ਸਰਕਾਰ ਪਾਉਂਦੀ ਹੈ, ਦੁੱਗਣੀ ਕਰਕੇ ਮਿਲਦੀ ਹੈ। ਹਰ ਸਕੀਮ ਜਿਹੜੀ ਗਰੀਬਾਂ ਵਾਸਤੇ ਆਉਂਦੀ ਹੈ, ਉਹ ਦੁੱਗਣੀ ਕੀਤੀ ਜਾਂਦੀ ਹੈ ਤੇ ਦੁੱਗਣਾ ਪੈਸਾ ਗਰੀਬਾਂ ਕੋਲੇ ਆਉਂਦਾ ਹੈ। ਇਸੇ ਕਰਕੇ ਬਾਵਜੂਦ ਇਸ ਦੇ ਕਿ ਉੱਥੇ ਕਣਕ ਝੋਨਾ ਨਹੀਂ ਹੁੰਦਾ, ਜ਼ਮੀਨ ਉਪਜਾਊ ਨਹੀਂ,
ਪਰ ਲੋਕ ਇੰਨੇ ਖੁਸ਼ ਤੇ ਖੁਸ਼ਹਾਲ ਹੈ ਕਿ ਉਹ ਮੋਦੀ ਜੀ ਨੂੰ ਵਾਰ-ਵਾਰ ਵੋਟਾਂ ਪਾ ਰਹੇ ਹੈ। 23 ਸਾਲ ਤੋਂ ਉਹਨਾਂ ਨੂੰ ਵੋਟਾਂ ਪਾ ਰਹੇ ਹੈ ਕਿਉਂਕਿ ਬਿਨਾਂ ਕਿਸੇ ਕਣਕ ਝੋਨੇ ਦੀ ਫਸਲ ਤੋਂ ਗੁਜਰਾਤ ਦਾ ਇਲਾਕਾ ਉਹ ਕੋਈ ਉਪਜਾਊ ਨਹੀਂ, ਉੱਥੇ ਗਾਵਾਂ ਦੇ ਖਾਣ ਨੂੰ ਵੀ ਚਾਰਾ ਨਹੀਂ ਹੁੰਦਾ। ਪਰ ਲੋਕ ਕਿਵੇਂ ਖੁਸ਼ਹਾਲ ਹੈ ਕਿਉਂਕਿ ਸਾਰੀਆਂ ਸਕੀਮਾਂ ਡਬਲ ਕਰਕੇ ਉਹਨਾਂ ਨੂੰ ਮਿਲ ਰਹੀਆਂ ਤੇ ਆਪਾਂ ਕੀ ਕਰਿਆ, ਆਪਾਂ ਜਦੋਂ ਦੂਜੀਆਂ ਪਾਰਟੀਆਂ ਤੋਂ ਅੱਕ ਗਏ ਆਪਾਂ ਝਾੜੂ ਵਾਲੀ ਪਾਰਟੀ ਦੇ ਬਹੁਤ ਆਸਾਂ ਉਮੀਦਾਂ ਸੀਗੀਆਂ। ਮੇਰੇ ਵੀਰ ਇੱਥੇ ਬੈਠੇ ਹੈ, ਇਹ ਪਹਿਲਾਂ ਆਮ ਆਦਮੀ ਪਾਰਟੀ ਚ ਸੀ ਤੇ ਉਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਕਿਉਂਕਿ ਇਹਨਾਂ ਨੂੰ ਵੀ ਵਿਸ਼ਵਾਸ ਸੀ ਕਿ ਸਾਡੇ ਲਈ ਕੁਛ ਕਰਨਗੇ। ਇਹਨਾਂ ਨੂੰ ਸੀਗਾ ਕਿ ਖੁੱਡੀਆਂ ਸਾਹਿਬ ਸ਼ਰੀਫ ਆਦਮੀ ਹੈ, ਸਾਡੇ ਲਈ ਕੁਛ ਕਰਨਗੇ ਤੇ ਇਸੇ ਉਮੀਦ ਨਾਲ ਇਹ ਭੱਜੇ ਫਿਰੇ। ਇਹਨਾਂ ਨੇ ਉਹਨਾਂ ਨੂੰ ਇੰਨੀਆਂ ਵੋਟਾਂ ਪਵਾਈਆਂ ਕਿ ਉਹ ਜਿੱਤ ਤਾਂ ਗਏ, ਪਰ ਉਹ ਜਿਵੇਂ ਹੁੰਦਾ ਨਾ ਕਿ ਭਾਫ ਵਾਲਾ ਇੰਜਣ ਪਰ ਵਿੱਚ ਭਾਫ ਹੈ ਨਹੀਂ। ਸੋ ਜਦੋਂ ਖੁੱਡੀਆਂ ਸਾਹਿਬ ਜਿੱਤੇ ਸੀ ਬਹੁਤ ਵੋਟਾਂ ਉਹਨਾਂ ਨੂੰ ਮਿਲੀਆਂ ਸੀ, ਪਰ ਉਹਨਾਂ ਨੂੰ ਪਿੱਛੋਂ ਕੋਈ ਸਟਰੈਂਥ ਨਹੀਂ ਹੈਗੀ ਤੇ ਉਹਨਾਂ ਨੇ ਕੁਛ ਕੀਤਾ ਵੀ ਨਹੀਂ। ਖੇਤੀਬਾੜੀ ਦਾ ਮਹਿਕਮਾ, ਦੱਸੋ ਖੇਤੀਬਾੜੀ ਵਾਸਤੇ ਕੀ ਕੀਤਾ, ਕਿਹਨੂੰ ਮੁਆਵਜ਼ਾ ਮਿਲਿਆ? ਜਦੋਂ ਮੁਆਵਜ਼ਾ ਮਿਲਦਾ ਮਿਲਣਾ ਚਾਹੀਦਾ ਉਦੋਂ ਨਾ ਸਿਰਫ ਕਿਸਾਨ ਨੂੰ, ਜਦੋਂ ਫਸਲ ਮਰ ਜਾਂਦੀ ਹੈ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਹੁੰਦਾ, ਮਜ਼ਦੂਰ ਦੀ ਮਜ਼ਦੂਰੀ ਵੀ ਖਰਾਬ ਖਤਮ ਹੋ ਜਾਂਦੀ ਹੈ। ਜੇ ਝੋਨਾ ਹੋਊਗਾ ਨਹੀਂ ਤੇ ਝੋਨਾ ਵੱਢਣ ਵਾਲਿਆਂ ਦਾ ਕੰਮ ਕਿਵੇਂ ਚੱਲੂਗਾ? ਸੋ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦੀ ਕਿ ਕਿੱਲੇ ਵਾਰ ਜਿਹਦੀ ਫਸਲ ਮਰੀ ਹੈ ਇਕੱਲਾ ਉਸਨੂੰ ਮੁਆਵਜ਼ਾ ਮਿਲ ਜਾਏ, ਮੈਂ ਕਹਿੰਦੀ ਹਾਂ ਬਰਾਬਰ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ, ਬਲਕਿ ਮਜ਼ਦੂਰਾਂ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਉਹਨਾਂ ਕੋਲੇ ਕੋਈ ਹੋਰ ਵਸੀਲਾ ਨਹੀਂ ਹੁੰਦਾ।